ਟੂਡੇ ਪੰਜਾਬ ਨਿਊਜ਼ ਚੈਨਲ ਦੀਆਂ ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾੜੂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਜਾਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾਉਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਿਆਂਇਕ ਹਿਰਾਸਤ ਵਿੱਚ ਜ਼ਮਾਨਤ ਹੋਵੇਗਾ ਅੱਜ ਫੈਸਲਾ ਬਜਟ ਵਿੱਚ ਮਹਿਲਾਵਾਂ ਨੂੰ 1000 ਰੁਪਏ ਨਕਦ ਸਹਾਇਤਾ ਦੇਣ ਬਾਰੇ ਕੋਈ ਐਲਾਨ ਨਹੀਂ ਹੋਇਆ ਸੁਖਦੇਵ ਸਿੰਘ ਟੀਰਸਾਦੀ ਬਹੋਈ ਮੋੜ ਘਰ ਵਾਪਸੀ ਚੋੜਾ ਤੋਂ ਪਹਿਲਾਂ ਐਸਏਡੀ ਹੋਰ ਮਜ਼ਬੂਤ ਬਜਟ ਦੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੀਤਾ ਨਿਰਾਸ਼ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਤੇ ਪੁਲਿਸ ਰਹੇਗੀ ਤਾਇਨਾਤ ਡੀਜੀਪੀ ਨੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਹੈ ਇਹ ਹਦਾਇਤਾਂ ਚੋੜਾ ਤੋਂ ਬਾਅਦ 70000 ਰੁਪਏ ਪਾਰ ਜਾਵੇਗਾ ਸੁਣ ਇਨ੍ਹਾਂ ਕਾਰਨਾ ਕਰਕੇ ਵਧਣ ਗਈਆਂ ਕੀਮਤਾਂ ਭਾਰੀ ਮੀਂਹ ਤੇ ਗੜੇਮਾਰੀ ਕਣ ਪੰਜਾਬ ਚ ਪਰਤੀ ਠੰਡ ਇਸ ਦਿਨ ਤੋਂ ਮੋੜ ਬਦਲੇਗਾ ਮੌਸਮ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਵੇਖਦੇ ਆ ਪੁਲਸ ਨੇ ਰੇਲਵੇ ਤੇ ਮੈਟਰੋ ਸਟੇਸ਼ਨਾਂ ਤੇ ਵਿਧਾਈ ਚੌਕਸੀ ਇਸ ਦਾ ਫੇਸਬੁੱਕ ਹੋਇਆ ਠੱਪ ਗਈ ਘਰ ਤੇ ਆ ਬਾਅਦ ਮੋੜ ਚਾਲੂ ਪੰਜਾਬ ਸਰਕਾਰ ਦੇ ਬਜਟ ਨੇ ਇੱਕ ਵਾਰ ਫਿਰ ਸਮਾਜ ਦੇ ਸਾਰੇ ਵਰਗਾਂ ਨੂੰ ਨਿਰਾਸ਼ ਕੀਤਾ ਪਾਜ਼ਵਾ ਜਾਕਰ ਨੇ ਭਗਵਾਨ ਜੀ ਤੋਂ ਪੁੱਛਿਆ ਕਿ ਕਿਸਾਨਾਂ ਲਈ ਐਮਐਸਪੀ ਦਾ ਪ੍ਰਬੰਧ ਕਿੱਥੇ ਹੈ ਜਿਸ ਦਾ ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਵਾਅਦਾ ਇਸ ਬੈਰੀਗੇਡ ਇਸ ਬਾਰਡਰ ਤੇ ਬੈਰੀਗੇਡਿੰਗ ਖੋਲਣ ਦਾ ਕੰਮ ਹੋਇਆ ਸ਼ੁਰੂ ਤਾਂ ਦੋਸਤੋ ਇਸ ਦਿਨ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਜਾਲੀ ਅਨਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ ਸੀਐਮ ਮਾਨ ਨੇ ਕੀਤਾ ਐਲਾਨ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੇ ਤੀਜੇ ਦਿਨ ਦੀ ਸ਼ੁਰੂਆਤ ਇੱਕ ਅਜਿਹੇ ਸਵਾਲ ਨਾਲ ਹੋਈ ਜਿਸ ਤੋਂ ਬਾਅਦ ਅਨੁਸੂਚਿਤ ਜਾਤੀਆਂ ਦੇ ਪ੍ਰਮਾਣ ਪੱਤਰਾਂ ਬਾਰੇ ਨਵੀਂ ਚਰਚਾ ਛਿੜ ਗਈ ਹੈ ਦਰਅਸਲ ਬਜਟ ਪੇਸ਼ ਹੋਣ ਤੋਂ ਪਹਿਲਾਂ ਵਿਧਾਇਕ ਵੱਲੋਂ ਮੰਤਰੀਆਂ ਨੂੰ ਸਵਾਲ ਪੁੱਛੇ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਸਵਾਲ ਕੋਟ ਫਤਤ ਤੋਂ ਵਿਧਾਇਕ ਅਮਰਿਤ ਰਤਨ ਦਾ ਵੀ ਸੀ ਉਹਨਾਂ ਨੇ ਸਵਾਲ ਪੁੱਛਿਆ ਕਿ ਜੋ ਲੋਕ ਅਨੁਸੂਚਿਤ ਜਾਤੀਆਂ ਜਾਂ ਪਛੜੀਆਂ ਸ਼੍ਰੇਣੀਆਂ ਦੇ ਨਾ ਹੋ ਕੇ ਵੀ ਝਾਲੀ ਸਰਟੀਫਿਕੇਟ ਆ ਰਹੀ ਕਿਸੇ ਇਸ ਦਾ ਫਾਇਦਾ ਲੈ ਰਹੇ ਨੇ ਉਹਨਾਂ ਖਿਲਾਫ ਸਰਕਾਰ ਕੀ ਕਾਰਵਾਈ ਕਰਦੀ ਹੈ ਜਾਂ ਕਰ ਰਹੀ ਹੈ ਇਸ ਦਾ ਜਵਾਬ ਦੇਣ ਲਈ ਸਦਨ ਵਿੱਚ ਕੈਬਨਟ ਮੰਤਰੀ ਬਲਜੀਤ ਕੌਰ ਖੜੀ ਹੋਈ ਉਹਨਾਂ ਨੇ ਕਿਹਾ ਕਿ ਜਵਾਬ ਦਿੰਦੇ ਆ ਜੇਕਰ ਕੋਈ ਉਮੀਦਵਾਰ ਕਿਸੇ ਵਿਦਿਅਕ ادارے ਵਿੱਚ ਦਾਖਲਾ ਲੈਣ ਜਾਂ ਨੌਕਰੀ ਲੈਣ ਲਈ ਝਾਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਇਸ ਲਈ ਕੰਮ ਅਭੀ ਕਰ ਰਹੀ ਹੈ ਸਰਕਾਰ ਨੇ ਪਿਛਲੇ ਸਾਲ ਅਜੇ ਹੀ 23 ਸਰਟੀਫਿਕੇਟਾਂ ਉਰਾਧ ਕੀਤਾ ਇਸ ਤੋਂ ਬਾਅਦ ਅਮਰਿਤ ਰਤਨ ਨੇ ਕੰਪਲੀਮੈਂਟਰੀ ਸਵਾਲ ਪੁੱਛਦਿਆਂ ਮੰਗ ਕੀਤੀ ਕਿ ਸਰਕਾਰ ਇਸ ਲਈ ਇੱਕ ਵਿਸ਼ੇਸ਼ ਕਮੇਟੀ ਬਣਾਵੇ ਤਾਂ ਜੋ ਜਾਲੀ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾ ਸਕੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਿਆਇਕ ਹਿਰਾਸਤ ਵਿੱਚ ਜ਼ਮਾਨਤ ਹੋਵੇਗਾ ਅੱਜ ਫੈਸਲਾ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ 14 ਦਿਨਾਂ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਹਨਾਂ ਦੇ ਨਾਲ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਿਆਮਸੁੰਦਰ ਮਲਹੋਤਰਾ, ਜਿਲ੍ਹਾ ਕਾਂਗਸ ਪ੍ਰਧਾਨ ਅਸੰਜੇ ਤਲਵਾਰ ਨੂੰ ਵੀ ਇਹ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਦੱਸ ਦਈਏ ਕਿ ਇਹਨਾਂ ਆਗੂਆਂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾ ਦਿੱਤਾ ਸੀ। ਇਸ ਤੇ ਪੁਲਿਸ ਨੇ ਉਸ ਖਿਲਾਫ ਐਫ ਆਈ ਆਰ ਦਰਜ ਕਰ ਲਈ ਸੀ। ਇਸ ਤੋਂ ਬਾਅਦ ਆਗੂਆਂ ਨੇ ਇਸ ਮਾਮਲੇ ਵਿੱਚ ਗ੍ਰਿਫਤਾਰੀ ਦਾ ਐਲਾਨ ਕੀਤਾ ਸੀ। ਸੈਂਟਰ ਮੈਂਬਰ ਬਿੱਟੂ, ਸ਼ਿਆਮਸੁੰਦਰ ਜੇ ਤਲਵਾਰ ਤੇ ਭਾਰਤ ਪੂਸ਼ਣ ਆਸ਼ੂ ਸਮੇਤ ਵੱਡੀ ਗਿਣਤੀ ਸਮਰਥਕ ਡੀਸੀ ਦੇ ਦਫਤਰ ਦੇ ਬਾਹਰ ਪੁੱਜੇ ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਭਾਰੀ ਹੰਗਾਮਾ ਹੋਇਆ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨ ਤੇ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਹੱਥੋਂ ਪਾਈ ਹੋ ਗਈ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਵਿੱਚ ਉਤਰ ਗਈ ਇਸ ਤੋਂ ਬਾਅਦ ਪੁਲਿਸ ਨੇ ਸਾਂਸਨ ਮੈਂਬਰ ਬਿੱਟੂ ਆਸ਼ੂ ਸ਼ਿਆਮਸੁੰਦਰ ਅਤੇ ਤਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਉਸ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਤਨਿਸ਼ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਦੋਂ ਕਿ ਉਸ ਦੀ ਜ਼ਮਾਨਤ ਤੇ ਫੈਸਲਾ ਅੱਜ 6 ਮਾਰਚ ਨੂੰ ਲਿਆ ਜਾਵੇਗਾ ਬਜਟ ਵਿੱਚ ਮਹਿਲਾਵਾਂ ਨੂੰ 1000 ਰੁਪਏ ਨਕਦ ਸਹਾਇਤਾ ਦੇਣ ਬਾਰੇ ਕੋਈ ਐਲਾਨ ਨਹੀਂ ਹੋਇਆ ਹੈ ਹਿਮਾਚਲ ਅਤੇ ਦਿੱਲੀ ਸਰਕਾਰ ਵੱਲੋਂ ਮਹਿਲਾ ਨੂੰ ਨਕਦ ਸਹਾਇਤਾ ਦੇਣ ਦੇ ਐਲਾਨ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਜੋ ਹੋ ਸਕਦਾ ਹੈ ਕਿ ਭਗਵੰਤ ਮਾਨ ਸਰਕਾਰ ਮਹਿਲਾਵਾਂ ਨਾਲ ਕੀਤਾ ਹੋਇਆ ਵਾਅਦਾ ਆਪਣੇ ਤੀਜੇ ਬਜਟ ਵਿੱਚ ਪੂਰਾ ਜਾਵੇ ਪਰ ਅਜੇ ਹਾਂ ਨਹੀਂ ਹੋਇਆ ਖਜ਼ਾਨਾ ਮੰਤਰੀ ਤੇ ਪੂਰੇ 파ਸ਼ ਨੂੰ ਪੂਰੇ ਪੰਜਾਬ ਵਿੱਚ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦਾ ਐਲਾਨ ਨਹੀਂ ਹੋਇਆ ਜਦੋਂ ਕਿ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮਹਿਲਾ ਨੂੰ ਬਾਸ ਵਿੱਚ ਮੁਫਤ ਸਫ਼ਰ ਕਰਨ ਦੀ ਸਹੂਲਤ ਇਸ ਵਿੱਤੀ ਬਰੇ ਵੀ ਜਾਈ ਰਹੇਗੀ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਰਕਾਰੀ ਬਸਾਂ ਦੇ ਸੂਬਾ ਸਰਕਾਰ ਵੱਲੋਂ ਮੁਫਤ ਬਸ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਲਈ ਵਿੱਤੀ ਬਰੇ 2024-25 ਲਈ 450 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਸੁਖਦੇਵ ਸਿੰਘ ਢੀਂਡਸਾ ਦੀ ਹੋਈ ਮੋੜ ਘਰ ਵਾਪਸੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਕਾਰਨ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ 6 ਸਾਲ ਬਾਅਦ ਘਰ ਵਾਪਸੀ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਲੇਵਾ ਹੋ ਗਿਆ ਸੁਖਦੇਵ ਸਿੰਘ ਢੀਂਡਸਾਣ ਇੱਕ ਵਾਰ ਫਿਰ ਤੋਂ ਅਕਾਲੀ ਦਲ ਦਾ ਪੱਲਾ ਫੜ ਲਿਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਕਾਰਨ ਵੱਖ ਹੋਏ ਸੁਖਦੇਵ ਸਿੰਘ ਢੀਂਡਸਾਣ 6 ਸਾਲ ਬਾਅਦ ਅੱਜ ਕਰਵਾਪਸੀ ਕਰ ਲਈ ਹੈ ਉਧਰ ਇਸ ਮੌਕੇ ਵੇਖ ਸੁਖਦੇਵ ਸਿੰਘ ਢੀਂਡਸਾਣ ਨੇ ਕਿਹਾ ਕਿ ਲੋਕਸਾਨ ਇਕੱਠੇ ਦੇਖਣਾ ਚਾਹੁੰਦੇ ਨੇ ਸਾਡੇ ਇਸ ਫੈਸਲੇ ਨਾਲ ਪੰਥ ਤਕੜਾ ਹੋਵੇਗਾ ਬਜਟ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੀਤਾ ਨਿਰਾਸ਼ ਕੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਜੋ ਪੰਜਾਬ ਦਾ ਬਜਟ ਪੇਸ਼ ਕੀਤਾ ਉਸ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਪੇ ਕਮਿਸ਼ਨ ਦੇ ਬਕਾਇਆ ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦਾ ਕੋਈ ਵੀ ਜ਼ਿਕਰ ਨਾ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਿਰਾਸ਼ ਕੀਤਾ ਗਿਆ ਸਿਵਾ ਮੁਕਤ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪਠਾਨਕੋਟ ਦੇ ਮੁਖ ਬਲਾਰਿਕਿਸ਼ਨ ਚੰਦਰ ਮਹਾਜਨ ਅਤੇ ਪ੍ਰਧਾਨ ਮਾਨ ਮਹੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਨਿਰਾਸ਼ ਕਰਨ ਦਾ ਅਖਮਿਆਜਾ ਆਮ ਆਦਮੀ ਨੂੰ ਆਮ ਆਦਮੀ ਪਾਰਟੀ ਨੂੰ ਆ ਰਹੀ ਹੈ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ਪੰਜਾਬ ਪਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਇਸ ਬਜਟ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਨਿਰਾਸ਼ਾ ਪਾਈ ਗਈ ਹੈ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਤੇ ਪੁਲਿਸ ਰਹੇਗੀ ਤਾਂ ਇਹਨਾਂ ਤਰ੍ਹਾਂ ਡੀਜੀਪੀ ਨੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਇਹ ਹਦਾਇਤਾਂ ਹਰੇ ਹੁਣ ਹਰਿਆਣਾ ਦੇ ਸਾਰੇ ਟੋਲ ਪਲਾਜ਼ਾਂ ਤੇ ਪੁਲਿਸ ਤਾਇਨਾਤ ਰਹੇਗੀ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਅਜੇਹੀ ਹਦਾਇਤਾਂ ਦਿੱਤੀਆਂ ਨੇ ਡੀਜੀਪੀ ਨੇ ਸਮੂਹ ਐਸਪੀਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਜ਼ਿਲ੍ਹੇ ਦੇ ਥਾਣਿਆਂ ਅਤੇ ਚੌਕੀਆਂ ਵਿੱਚ ਜੁਰਮ ਕੰਟਰੋਲ ਸੰਬੰਧੀ ਵਧੀਆ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਵਧਾਣ ਚਾੜ੍ਹ ਕੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੁਲਿਸ ਮੁਲਾਜ਼ਮਾਂ ਦਾ ਆਤਮ ਵਿਸ਼ਵਾਸ ਵਧੇ ਤੇ ਅਪਰਾ ਮਾਦਦ ਮਿਲਦੀ ਹੈ ਕਪੂਰ ਨੇ ਮੀਟਿੰਗ ਵਿੱਚ ਜ਼ਮਾਨਤ ਜੰਪਨਾ ਭਗੌੜੇ ਵਿਅਕਤੀਆਂ ਦੀ ਸਮੀਖਿਆ ਕੀਤੀ ਅਤੇ ਲੋੜੀ ਦੇ ਦਿਸ਼ਾ ਨਿਰਦੇਸ਼ ਦਿੱਤੇ ਨਾਲ ਹੀ ਕਪੂਰ ਨੇ ਮੀਟਿੰਗ ਵਿੱਚ ਦੱਸਿਆ ਕਿ ਗੈਸਟਰਾਂ ਵਾਲੋ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਪੋਸਟਾਂ ਸੂਬੇ ਦੇ ਨੌਜਵਾਨਾਂ ਦੇ ਮਨਾਂ ਵਿੱਚ ਗਲਤ ਅਕਸ ਬਣਾਉਂਦੀਆਂ ਨੇ ਕਈ ਵਾਰ ਉਹ ਗਲਤ ਆਤਤਾਂ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹੀ ਜਖਰੀਆਣਾ ਪੁਲਿਸ ਅਜਿਹੀ ਨੌਜਵਾਨਾਂ ਤੇ ਨਜ਼ਰ ਰੱਖ ਰਹੀ ਹੈ ਜੋ ਅਪਰਾਧੀਆਂ ਦੀਆਂ ਪੋਸਟਾਂ ਤੇ ਲਾਈਕ ਜਾਂ ਕਮੈਂਟ ਕਰਦੇ ਨੇ ਅਜਿਹੀ ਨੌਜਵਾਨਾਂ ਅਤੇ ਉਹਨਾਂ ਨੇ ਮਾਪਿਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਸ ਸਮੇਂ ਸਹਿ ਸੁਚੇਤ ਹੋ ਕੇ ਅਪਰਾਧ ਤੋਂ ਦੂਰ ਰਹਿਣ। ਚੋਣਾਂ ਤੋਂ ਬਾਅਦ 70000 ਰੁਪਏ ਦੇ ਪਾਰ ਹੋ ਜਾਵੇਗਾ ਸੋਨਾ ਇਹਨਾਂ ਕਾਰਨਾ ਕਰਕੇ ਵਧਣਗੀਆਂ ਕੀਮਤਾਂ ਇੱਕ ਪਾਸੇ ਸ਼ੇਅਰ ਬਾਜ਼ਾਰ ਤੇ ਉਛਾਲ ਹੈ ਦੂਜੇ ਪਾਸੇ ਸੋਨਾ ਨਵੀਆਂ ਉਚਾਈਆਂ ਨੂੰ ਛੋ ਰਿਹਾ ਤਾਂ ਤੇ ਅਜੇ ਹੱਗਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੋਨਾ 74000 ਰੁਪਏ ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ ਅਜੇ ਹੀ ਚਮੰਮਾ ਜਾਰੇ ਕਿ ਆਉਣ ਵਾਲੇ ਦਿਨਾਂ 'ਚ ਸੋਨੇ ਚ ਤੇਜ਼ੀ ਜਾਰੀ ਰਹਿ ਸਕਦੀ ਹੈ। ਏ ਅਸੀਂ ਨਹੀਂ ਕਹਿ ਰਹੇ ਪਰ ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੋਨੇ ਦੀ ਕੀਮਤ 70000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ ਬਾਜ਼ਾਰ ਮਾਹਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ ਵਧਣ ਦੇ ਦੋ ਅਹਿਮ ਕਾਰਨ ਹੋ ਸਕਦੇ ਨੇ ਅਜੇ ਇੱਕ ਦੇਸ਼ ਵਿੱਚ ਸਥਿਰ ਸਰਕਾਰ ਦੂਜਾ ਯੂਐਸ ਫੈਡਰਲ ਰਿਜ਼ਰਵ ਤੇ ਔਰ ਜਾਣਦੇ ਆ ਕਿ ਇਹ ਕਿਵੇਂ ਦੋਵੇਂ ਕਾਰਨ ਮਿਲ ਕੇ ਸੋਨੇ ਨੂੰ ਨਵੀਆਂ ਚਾਹਿਆਂ ਤੇ ਲੈ ਕੇ ਜਾ ਸਕਦੇ ਨੇ ਜੇਕਰ ਮਹਾਰਾ ਦੀ ਮੰਨਿਆਤਾ ਅਮਰੀਕੀ ਬੈਂਕ ਕੇਮੈ ਨੂੰ ਵਿਆਜ ਦਰਾਂ 'ਚ ਵੱਡੀ ਕਟੌਤੀ ਕਰ ਸਕਦਾ ਜਿਸ ਦਾ ਸੰਕੇਤ ਫੈਡ ਚੀਵ ਦੇ ਭਾਸ਼ਣ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਪੰਜਾਬ 'ਚ ਪਰਤੀ ਠੰਢ ਇਸ ਦਿਨ ਤੋਂ ਮੜ ਬਦਲੇਗਾ ਮੌਸਮ ਪੰਜਾਬ ਚ ਪਿਛਲੇ ਹਫਤੇ ਦੋ ਦਿਨਾਂ ਤੱਕ ਹਨੇਰੀ ਬਾਰਿਸ਼ ਤੇ ਗੜੇ ਮੈ ਨਾਲ ਮੌਸਮ ਦਾ ਮિજાਜ ਬਦਲ ਗਿਆ ਹਲਕੀ ਜਹੀ ਠੰਡ ਮਹਿਸੂਸ ਹੋਣ ਲੱਗੀ ਹੈ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਰਾਤ ਦੇ ਤਾਪਮਨ ਚ 4 ਤੋਂ 5 ਡਿਗਰੀ ਸੈਲਸੀਅਸ ਅਤੇ ਦਿਨ ਦੇ ਤਾਪਮਨ ਵਿੱਚ 5 ਤੋਂ 8 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਈ ਮੌਸਮ ਕੇਂਦਰ ਚंडीगढ़ ਅਨੁਸਾਰ ਪੰਜਾਬ ਚ ਫਿਰੋਜ਼ਪੁਰ ਤੇ ਮੋਗਾ ਸਭ ਤੋਂ ਠੰਡੇ ਰਹੇ ਜਿੱਥੇ ਰਾਤ ਦਾ ਤਾਪਮਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4 ਡਿਗਰੀ ਘੱਟ ਸੀ ਇਸ ਤਰ੍ਹਾਂ ਬਠਿੰਡਾ ਤੇ ਫਰੀਦਕੋਟ ਚ ਰਾਤ ਦਾ ਤਾਪਮਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਵਾਮ ਨਾਲੋਂ 5 ਡਿਗਰੀ ਘੱਟ ਸੀ ਲੁਧਿਆਣਾ ਜਲੰਧਰ ਪਟਿਆਲਾ ਰੋਪੜ ਤੇ ਅੰਮ੍ਰਿਤਸਰ ਚ ਰਾਤ ਦਾ ਤਾਪਮਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਵਾਮ ਨਾਲੋਂ 3 ਡਿਗਰੀ ਘੱਟ ਸੀ ਤੇ 10 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ 11 ਮਾਰਚ ਤੋਂ ਪਿੱਛੇ ਮੜ ਮੌਸਮ ਬਦਲਣ ਦੀ ਸੰਭਾਵਨਾ ਹੈ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਵੇਖਦੇ ਆ ਪੁਲਸ ਨੇ ਰੇਲਵੇ ਤੇ ਮੈਟਰੋ ਸਟੇਸ਼ਨਾਂ ਤੇ ਵਿਧਾਈ ਚੌਕ ਸੀ ਦਿੱਲੀ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਟਿਕਰੀ ਸਿੰਘੂ ਅਤੇ ਗਾਜੀਪੁਰ ਸਰਹੱਦਾਂ ਤੇ ਕੌਮੀ ਰਾਜਧਾਨੀ ਦੇ ਰੇਲਵੇ ਅਤੇ ਮੈਟਰੋ ਸਟੇਸ਼ਨਾਂ ਤੇ ਬੱਸ ਟਰਮੀਨਲਾਂ ਤੇ ਸਖਤ ਚੌਕਸੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ ਇਸ ਤੋਂ ਪਹਿਲਾਂ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਵਿਰੋਧ ਪ੍ਰਦਰਸ਼ਨ ਕਰਨ ਲਈ ਬੁੱਧਵਾਰ ਨੂੰ ਦਿੱਲੀ ਪਹੁੰਚਣਗੇ ਤੇ ਇੱਕਦੱਕਾ ਐਨਐਸਡੀ ਜਾਣਕਾਰੀ ਦਿੱਤੀ 3 ਮਾਰਚ ਨੂੰ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਬੁੱਧਵਾੜ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਯਾਤਰੀਆਂ ਦੀ ਆਵਾਜਾਈ ਲਈ ਸਿੰਘੂ ਅਤੇ ਟਿੱਕਰੀ ਸਰਹੱਦਾਂ ਤੇ ਬੈਰੀਅਰ ਅਸਥਾਈ ਤੌਰ ਤੇ ਹਟਾ ਦਿੱਤੇ ਨੇ ਪੁਲਿਸ ਅਤੇ ਆਧੁਨਿਕ ਸੈਨਿਕ ਬਲਾਂ ਦੇ ਜਵਾਨਾਂ ਦੀ ਤਾਇਨਾਤੀ ਅਜੇ ਵੀ ਅਤੇ ਉਹ 24 ਘੰਟੇ ਸਖਤ ਚੌਕਸੀ ਯਕੀਨੀ ਬਣਾਉਣਗੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਮੈਟਰੋ ਸਟੇਸ਼ਨਾਂ ਤੇ ਬੱਸ ਟਰਮੀਨਲਾਂ ਤੇ ਪਹਿਲਾਂ ਇਹ ਵਾਦ ਪੁਲਿਸ ਅਤੇ ਆਧੁਨਿਕ ਸੈਨਿਕ ਬਲ ਤਾਇਨਾਤ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪੁਲਿਸ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੇ ਚੈਕਿੰਗ ਤੇਜੀ ਤੇਜ਼ ਕੀਤੀ ਜਾਵੇਗੀ ਅਤੇ ਇਸ ਸਿਹ ਚ ਟ੍ਰੈਫਿਕ ਜਾਮ ਹੋ ਸਕਦਾ ਹੈ ਕਿਸਾਨਾਂ ਕੋ ਸਰਵਪੰ ਸਿੰਘ ਪੰਦੇੜਾ ਤੇ ਜਗਜੀਤ ਸਿੰਘ ਡੱਲੇਵਾਲ ਨੇ 3 ਮਾਰਚ ਨੂੰ ਦਿੱਸ਼ਪਾ ਦੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਲਈ ਬੁੱਧਵਾਰ ਨੂੰ ਦਿੱਲੀ ਪਹੁੰਚੰਦਾ ਸੱਦਾ ਦਿੱਤਾ ਸੀ ਉਹਨਾਂ ਨੇ ਫਸਲਾਂ ਲਈ ਘੱਟੋ ਘਾਟ ਰਸ ਮਾਤਰ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਆਪਣੀਆਂ ਵੱਖ-ਵੱਖ ਮੰਗਾਂ ਦੇ ਸਮਰਥ ਚ 10 ਮਾਰਚ ਨੂੰ 4 ਘੰਟੇ ਲਈ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਵੀ ਸੱਦਾ ਦਿੱਤਾ ਹੋਇਆ ਹੈ ਇਨਸਟਾ ਫੇਸਬੁਕ ਹੋਇਆ ਠੱਪ ਕਈ ਘੰਟੇ ਬਾਅਦ ਮੁੜ ਚਾਲੂ ਸੋਸ਼ਲ ਮੀਡੀਆ ਸਾਈਟ ਫੇਸਬੁਕ ਅਤੇ ਇੰਸਟਾਗ੍ਰam ਦੀ ਸੀਮਾ ਮੰਗਲਵਾਨੋ ਦੁਨੀਆ ਭਰ ਵਿੱਚ ਬੰਦ ਹੋ ਗਈਆਂ ਫੇਸਬੁਕ ਫੇਸਬੁਕ ਲੌਗਇਨ ਸੈਸ਼ਨ ਅਚਾਨਕ ਬੰਦ ਹੋ ਗਿਆ ਇਸ ਤੋਂ ਬਾਅਦ ਯੂਜ਼ਰ ਕਾਫੀ ਪਰੇਸ਼ਾਨ ਅਜ਼ਰਾਈ ਯੂਜ਼ਰ ਐਕਸ ਤੇ ਜਾ ਕੇ ਫੇਸਬੁਕ ਤੇ ਇੰਸਟਾਗ੍ਰam ਨੂੰ ਲੈ ਕੇ ਆਪਣਾ ਗੁੱਸਾ ਕੱਢ ਰਹੇ ਸਨ ਭਾਰਤੀ ਸਮੇਂ ਮੁਤਾਬਕ 8:52 ਮਿੰਟ ਤੇ ਫੇਸਬੁਕ ਬੰਦ ਹੋਈ ਤੇ ਕਈ ਘੰਟੇ ਬਾਅਦ ਮੁੜ ਚਾਲੂ ਹੋ ਗਿਆ ਫੇਸਬੁਕ ਤੇ ਇੰਸਟਾਗ੍ਰam ਪੰਜਾਬ ਸਰਕਾਰ ਦੇ ਬਜਟ ਨੇ ਇੱਕ ਵਾਰ ਫਿਰ ਸਮਾਜ ਦੇ ਸਾਰੇ ਵਰਗਾਂ ਨੂੰ ਨਿਰਾਸ਼ ਕੀਤਾ ਹੈ ਬਾਜਵਾ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਤੀ ਸਾਲ 2024-25 ਦੇ ਤੀਜੇ ਬਜਟ ਨੂੰ ਪੂਰੀ ਤਰ੍ਹਾਂ ਅਸਫਲ ਅਤੇ ਆਵਿਸ਼ਵਾਸਯੋਗ ਬਜਟ ਕਰਾ ਦਿੱਤਾ ਹੈ ਬਾਜਵਾ ਨੇ ਕਿਹਾ ਕਿ ਕੁੱਲ ਪ੍ਰਾਪਤੀਆਂ ਦਾ 23% ਕਰਜ਼ੇ ਦੇ ਵਿਆਜ ਵਿੱਚ ਜਾਵੇਗਾ ਤੇ 57.6% ਤਨਖਾਹਾਂ ਤੇ ਪੈਨਸ਼ਨਾਂ ਲਈ ਹੈ ਇਸੇ ਤਰ੍ਹਾਂ 25.14% ਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਕੋਲ ਹੋਰ ਕੰਮਾਂ ਨੂੰ ਪੂਰਾ ਕਰਨ ਲਈ 3% ਬਚੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇੱਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਨੇ ਭਾਈਵਾਨ ਨੇ ਕਿਹਾ ਕਿ ਬਜਟ ਨੇ ਸੰਕਟ ਵਿੱਚ ਕਿਰੇ ਖੇਤੀ ਸੈਕਟਰ ਨੂੰ ਵੀ ਨਰਾਸ਼ ਕੀਤਾ ਹੈ ਸੀਨੀਅਰ ਕਾਂਗਰਸੀ ਆਗੂ ਭਾਈਵਾਨ ਨੇ ਕਿਹਾ ਕਿ ਸਰਕਾਰ ਦੇ 2 ਸਾਲ ਬਾਅਦ ਵੀ ਆਮ ਆਦਮੀ ਪਾਰਟੀ ਦੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰੋਤਸਾਹਨ ਦੇਣ ਦਾ ਆਪਣਾ ਬਹੁਚਰਚਿਤ ਵਾਅਦਾ ਪੂਰਾ ਨਹੀਂ ਕੀਤਾ। ਉਹਨੇ ਕਿਹਾ ਕਿ ਆਪ ਸਰਕਾਰ ਦਾ ਇੱਕ ਮੁੱਖ ਵਾਅਦਾ ਪੰਜਾਬ ਦੇ ਕਰਜ਼ੇ ਨੂੰ ਬੋਝ ਨੂੰ ਘਟਾ ਕਰਨਾ ਸੀ। ਇਸ ਦੀ ਬਜਾਏ ਆਪ ਨੇ ਸਾਲਾਂ ਦੇ ਸ਼ਾਸਨ ਕਾਲ ਦੇ ਕਰਜ਼ੇ ਦਾ ਬੋਝ ਕਈ ਗੁਣਾ ਵਧਾ ਦਿੱਤਾ ਹੈ। ਇਸਨੇ ਜਨਵਰੀ 2024 ਦੇ ਅੰਤ ਤੱਕ 60000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਇਸ ਤੋਂ ਇਲਾਵਾ ਫਰਵਰੀ ਅਤੇ ਮਾਰਚ ਚ ਆਪ ਨੇ 7000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਿਸਾਨ ਵੀ ਇਸ ਬਜਟ ਤੋਂ ਅਸੰਤੁਸ਼ਟ ਹਨ ਸਰਕਾਰ ਨੇ ਫਸਲੀ ਵਿਪੇਨਤਾ ਲਈ ਸਿਰਫ 575 ਕਰੋੜ ਰੁਪਏ ਰੱਖੇ ਜੋ ਉਮੀਦ ਤੋਂ ਕਿਤੇ ਘੱਟ ਹੈ ਜਖਰ ਨੇ ਭਗਵਾਨਤਮਨ ਨੂੰ ਪੁੱਛਿਆ ਕਿ ਕਿਸਾਨਾਂ ਲਈ ਐਮਐਸਪੀ ਦਾ ਪ੍ਰਬੰਧ ਕਿੱਥੇ ਹੈ ਜਿਸ ਦਾ ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਵਾਅਦਾ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਦੇ ਵਾਅਦੇ ਤੇ ਮంత్రి ਨੇ ਸਵਾਲ ਕੀਤਾ ਤੇ ਨਾਲ ਸਪਸ਼ਟਿਕਰਨ ਦੇ ਲਈ ਕਿਹਾ ਜਿਵੇਂ ਕਿ ਉਹਨਾਂ ਨੇ 2022 ਵਿੱਚ ਵੋਟਾਂ ਮੰਗਤ ਸਮੇਂ ਵਾਅਦਾ ਕੀਤਾ ਸੀ ਪੰਜਾਬ ਨੂੰ ਵਿੱਤੀ ਸੰਕਟ ਵੱਲ ਢੱਕਣ ਲਈ ਆਪ ਸਰਕਾਰ ਦੀ ਆਲੋਚਨਾ ਕਰਦਾ ਜਾਖੜ ਨੇ ਕਿਹਾ ਕਿ 2 ਲੱਖ ਕਰੋੜ ਰੁਪਏ ਦਾ ਬਜਟ ਅਤੇ ਕੁੱਲ 4 ਲੱਖ ਕਰੋੜ ਰੁਪਏ ਦਾ ਕਰਜ਼ਾ ਦੱਸਦਾ ਹੈ ਕਿ ਸਰਕਾਰ ਨੇ ਕਿਸ ਤਰ੍ਹਾਂ ਦੀ ਭੂਕ ਬਣੀ ਦੀ ਕਲਪਨਾ ਕੀਤੀ ਹੈ ਇਸ ਗੱਲ ਨੂੰ ਦੁਹਰਾਉਂਦੇ ਹੋਏ ਇਹ ਸਰਕਾਰ ਅਖੌਤੀ ਵਿਕਾਸ ਦੇ ਨਾਂ ਤੇ ਪੰਜਾਬੀਆਂ ਤੇ ਭਾਰੀ ਕਰਜ਼ਾ ਵਧਾਰ ਰਿਹਾ ਸੂਬਾ ਭਾਪਾ ਪ੍ਰਧਾਨਿਕ ਹੈ ਕਿ ਇਸ ਸਰਕਾਰ ਨੇ ਫਸਲੇ ਵਪਿੰਟਾਂ ਲਈ ਕੁਝ ਨਹੀਂ ਕੀਤਾ ਅੱਜ ਪੇਸ਼ ਕੀਤਾ ਬਜਟ ਇੱਕ ਵਾਰ ਫਿਰ ਨਿਰਾਸ਼ਾ ਜਨਕ ਹੈ ਜੋ ਖੇਤ ਸਮੇਤ ਕਿਸੇ ਵੀ ਖੇਤਰ ਵਿੱਚ ਕੋਈ ਰੋਡ ਮੈਪ ਨਹੀਂ ਅਤੇ ਇਤਿਹਾਸਿਕ ਵਿਕਾਸ ਦੇ ਨਾਮ ਤੇ ਝੂਠ ਖਾਲੀ ਵਾਅਦਿਆਂ ਤੇ ਪ੍ਰਚਾਰ ਦਾ ਇੱਕ ਮਿਸ਼ਨ ਹੈ ਜੋ ਕਿ ਜੋ ਇਸ ਸ਼ਾਸਨ ਦਾ ਇੱਕ ਪਸੰਦੀਦਾ ਸ਼ਰਧਾ ਜਿਸ ਨੇ ਚੈਸ ਨੇ ਇਸ ਵਿੱਚ ਆਪਣੀਆਂ ਵੱਡੀਆਂ ਅਸਫਲਤਾਵਾਂ ਲੁਕਾਉਣ ਲਈ ਇਸ ਨਾਮ ਤੇ ਕੀਤੀਆਂ ਹੈ ਅਜੋਗਾਂ ਨੂੰ ਫੰਡਾਂ ਤੇ ਵੰਡ ਬਾਰੇ ਜਾਣਕਰ ਨੇ ਕਿਹਾ ਕਿ ਅਜੋਗ ਖੇਤਰ ਨੂੰ ਫੰਡਾਂ ਦੀ ਮਾਮੂਲੀ ਅਲਾਟਮੈਂਟ ਨਾ ਸਿਰਫ ਮਹੱਤਵਪੂਰਨ ਸੈਕਟਰ ਦੀ ਪੁਨਰਸੁਰਜੀਤੀ ਯਕੀਨੀ ਬਣਾਉਣ ਲਈ ਨਾ ਕਾਫੀ ਬਲਕਿ ਲੋੜ ਅਨੁਸਾਰ ਰੁਜ਼ਗਾਰ ਪੈਦਾ ਕਰਨ ਲਈ ਵੀ ਨਾ ਕਾਫੀ ਹੈ ਇਸ ਬਾਰਡਰ ਤੇ ਬੈਰੀਕੇਡ ਖੋਲਣ ਦਾ ਕੰਮ ਹੋਇਆ ਸ਼ੁਰੂ ਹਰਿਆਣਾ ਪ੍ਰਸ਼ਾਸਨ ਵੱਲੋਂ ਅਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਚਾਰਮੜੀ ਸਰਹੱਦ ਤੇ ਕੀਤੀ ਗਈ ਬੈਰੀਕੇਡਿੰਗ ਨੂੰ ਖੋਲਣ ਦਾ ਕੰਮ ਬੀਤੀ ਦਿਨ ਸ਼ਾਮ ਨੂੰ ਸ਼ੁਰੂ ਕਰ ਦਿੱਤਾ ਹੈ ਕੰਕਰੀਟ ਦੀ ਬੈਰੀਕੇਡਿੰਗ ਦੀ ਮਜ਼ਬੂਤੀ ਕਾਰਨ ਇਸ ਨੂੰ ਤੋੜਨ ਵਿੱਚ ਸਮਾਂ ਲੱਗ ਰਿਹਾ ਪਰ ਚਾਰਮੜੀ ਬਾਰਡਰ ਜਲਦੀ ਖੁੱਲਣ ਦੀ ਉਮੀਦ ਹੈ ਕਿ ਸਾਨਾ ਦੇ 13 ਫਰਵਰੀ ਨੂੰ ਦਿੱਲੀ ਵੱਲ ਮਾਰਕ ਕਰਨ ਦੇ ਐਲਾਨ ਕਰਨ ਹਰਿਆਣਾ ਪ੍ਰਸ਼ਾਸਨ ਨੇ 11 ਪਰਵੀ ਨੂੰ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਸਥਿਤ ਚਾਰ ਮਾੜੀ ਬੈਰੀਅਰ ਅਤੇ 12 ਫਾਈਨ ਹਾਈਵੇ ਦੇ ਦੋਵੇਂ ਪਾਸੇ ਕੌਮੀ ਮਾਰਗ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਹਰਿਆਣਾ ਵੱਲੋਂ ਕੌਮੀ ਮਾਰਗ ਤੇ ਸੀਮਿੰਟ ਵਾਲੇ ਪੱਥਰ ਦੀ ਤਿੰਨ ਭਾਰਤਾਂ ਦੀ ਬੈਰੀਕੇਡਿੰਗ ਬਣਾਈ ਗਈ ਸੀ ਤੇ ਵਿਚਕਾਰਲੇ ਹਿੱਸੇ ਨੂੰ ਮਿਕਸਰ ਮਸ਼ੀਨ ਦੀ ਵਰਤੋਂ ਨਾਲ ਸੀਮਿੰਟ, ਬਜਰੀ ਤੇ ਕੰਕਰੀਟ ਨਾਲ ਭਰਿਆ ਗਿਆ ਉਹਨਾਂ ਨੂੰ ਮੋਟੀਆਂ ਰਾਡਾਂ ਤੇ ਕੋਨਾਂ ਨਾਲ ਇੱਕ ਦੂਜੇ ਪਾਸੇ ਜੋੜ ਕੇ ਸਹਾਰਾ ਦਿੱਤਾ ਗਿਆ ਸੀ ਉਸ ਸਮੇਂ ਹਾਈਵੇ ਨੂੰ ਬੈਰੀਕੇਡ ਕਰਨ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਜਦੋਂ ਕਿ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਕੈਂਪ ਦਾ ਸੱਦਾ ਸ਼ੰਭੂ ਦੇ ਵੱਲੋਂ ਦਿੱਤਾ ਗਿਆ ਸੀ ਪੁਲਿਸ ਮੁਲਾਜ਼ਮਾਂ ਦੇ ਨਾਲ ਕੇਂਦਰੀ ਸੁਰੱਖਿਆ ਬਲ ਦੀਆਂ ਟੁਕੜੀਆਂ ਵੀ ਬੈਰੀਗੇਟਿੰਗ ਲਗਾ ਕੇ ਤਾਇਨਾਤ ਕੀਤੀਆਂ ਗਈਆਂ ਸਨ ਸਰਹੰਦ ਸਰਹੱਦ ਬੰਦ ਹੋਣ ਕਾਰਨ ਪਿਛਲੇ 22 ਦਿਨਾਂ ਤੋਂ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਦੇ ਸਮਾਂ ਤੇ ਪਰੇਸ਼ਾਨੀ ਕਾਫੀ ਵੱਡੀ ਹੋਈ ਹੈ ਇਸ ਕਾਰਨ ਰਸਘੀਨਾਂ ਨੂੰ ਭਾਰੀ ਪਰੇਸ਼ਾਨੀ ਚੱਲਣੀ ਪੈ ਰਹੀ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਰਾਹ ਜਿਹੜੇ ਖੋਲ ਦਿੱਤੇ ਨੇ ਤਾਂ ਦੋਸਤੋ ਇਸsing ਆਪਣੀ ਇਸ ਵਲੇ ਦੀਆਂ ਵਾਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ